ਤੇ ਸਾਧ ਗੁਰਜੀ ਕਹਤੇ ਜ਼ਰਾ ਮਰਨਾ ਦੁੱਖ ਫੇਰ ਨਾ ਹੋਏ ਵਾਹ ਗੁਰੂ ਫੇਰ ਕਿੱਥੇ ਬੁਢੇ ਪਾਊਗਾ ਕਿੰਨੂੰ ਬੁਢੇ ਪਾਊਗਾ ਕਿਸੇ ਨੂੰ ਵੀ ਨਹੀਂ ਆਊਗਾ ਜੀ ਜਮਨਾ ਮਰਨਾ ਖਤਮ ਸਾਰੀ ਚੱਕਰਬਾਜੀ ਮੁੱਕ ਜਾਏਗੀ ਕਬੀਰ ਸਾਹਿਬ ਕਹਿੰਦੇ ਜਾਰਾ ਬੁਢੇਪਾ ਮਰਨ ਦੁੱਖ ਫੇਰ ਨਾ ਹੋਏ ਕਿਉਂਕਿ ਤਾਤੀ ਵਾਉ ਨਾ ਲਗਈ ਪਾਰ ਬ੍ਰह्म ਸਰਨਾਈ ਉਹਨਾਂ ਨੂੰ ਤਤੀ ਵਾ ਕਦੋਂ ਲੱਗੂਗੀ ਜਿੰਨਾਂ ਕੋ ਦਵਾਈ ਹੋ ਗਈ ਜਿਹੜੇ ਵੈਦ ਕੋਲ ਹੀ ਆ ਕੇ ਪ੍ਰਭੂ ਦੀ ਸ਼ਰਨ ਵਿੱਚ ਆ ਗਏ ਚੌਗਿਰਦ ਹਮਾਰੇ RAM ਕਰ ਤੇ ਗੁਰੂ ਨੇ ਸਭ ਤੋਂ ਪਹਿਲਾਂ ਕੀ ਕੀਤਾ ਕਿ ਤੇ ਬਹਿ ਜਾ ਬਿਮਾਰੀ ਲੱਗੀ ਹੈ ਨਾ ਤੈਨੂੰ ਦੁੱਖ ਹੈ ਨਾ ਬਹਿ ਜਾ ਉਹਨੇ ਕਲਕੀਰ ਆਸੇ-ਪਾਸੇ ਖੇਚ ਦਿੱਤੀ ਮਰਿਆਦਾ ਦੀ ਲਕੀਰ ਚੌਗਿਰ ਦਸ ਮਾਰੇ ਰਾਮਕਾਰ ਦੁੱਖ ਲਗੇ ਨਾ ਪਾਈ ਕਹਿੰਦੇ ਲਾਜ ਤੋਂ ਬਾਤ ਇਹਨੂੰ ਦੁੱਖ ਨਹੀਂ ਜੇ ਤੂੰ ਮੇਰੀ ਗੱਲ ਸੁਨੇਗਾ ਇਹ ਮਰਿਆਦਾ ਦੀ ਲਕੀਰ ਨਾ ਟੱਪੀ ਸਤਗੁਰੂ ਪੂਰਾ ਭੇਟਿਆ ਜਿਨ ਬੰਤ ਬਣਾਈ ਰਾਮ ਨਾਮ ਔਖਦ ਦਿਆ ਏ ਕਾਲਿਵ ਲਾਈ ਆਦਵਾਈ ਮੂਚ ਮੂੰਹ ਅੱਡ ਮੈਂ ਤੇਰੇ ਦਵਾਈ ਪਾਵਾਂ ਵਾਹ ਗੁਰੂ 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 ਆਹ ਤੇਰੇ ਮੂੰਹ ਚ ਮੈਂ ਦਵਾਈ ਪਾਵਾਂ ਮੇਰੇ ਪੁੱਤਰ ਰਾਜ ਤੋਂ ਬਾਅਦ ਤੇਰੇ ਸਾਰੇ ਦੁੱਖ ਦੂਰ ਹੋ ਜਾਣਗੇ ਕਿਉਂਕਿ ਰਾਮ ਨਾਮ ਔਖ ਦੀ ਆਏ ਕੋਈ ਹੋਰ ਦਵਾਈ ਨਹੀਂ ਇਹ ਕੋਈ ਜੜੀਆਂ ਬੂਟੀਆਂ ਨਹੀਂ ਲੈਂਦੀਆਂ ਇਹ RAM ਨਾਮ ਦੀ ਦਵਾਈ ਹੈ ਤੇ ਰਾਖ ਲੀਏ ਤਿਨ ਰਖਣ ਹਾਰ ਸਭ ਬਿਆਦ ਮਟਾਈ ਕੋਹ ਨਾਨਕ ਕਿਰਪਾ ਪਈ ਪ੍ਰਭ ਪੈ ਇਸ ਜਿਨ੍ਹਾਂ ਤੇ ਕਿਰਪਾ ਹੋਈ ਕਿਰਪਾ ਕਿਹਨੇ ਤੇ ਹੋਈ ਜਿਨ੍ਹਾਂ ਨੇ ਆਪਣਾ ਆਪ ਗੁਰੂ ਨੂੰ ਸਮਰਪਿਤ ਕਰ ਦਿੱਤਾ ਆਤਮ ਸਮਰਪਿਤ ਕਰ ਦਿੱਤਾ ਤੇ ਫਿਰ ਸਤਿਗੁਰੂ ਜੀ ਕੀ ਬੋਲੇ ਕਬੀਰ ਸਾਹਿਬ ਦੀ ਬਾਣੀ ਅਗਲੀ ਛਤ ਚ ਕੀ ਕਹਦੇ ਛਟ ਖਟ ਚਕਰ ਛੋਂ ਦਿਸਤਾਏ ਛਟ ਕਹਦੇ 6 ਖਟ ਇਹ 6 ਚੱਕਰ ਜਿਹੜੇ ਕਿਦੇ ਇਹਨਾਂ ਦੇ ਚੱਕਰਾਂ ਦੇ ਵਿੱਚ ਹੀ ਸਾਰੇ ਤੁਰਿਆ ਫਿਰਦਾ ਹੈ ਖਟ 6 ਕਿਵੇਂ ਬਣ ਗਏ ਆਚਾਰੇ ਸਾਈਡਾਂ ਨਾਰਥ ਸਾਊਥ ਈਸਟ ਵੈਸਟ ਇੱਕ ਥੱਲੇ ਧਰਤੀ ਇੱਕ ਅਸਮਾਨ 6 ਕਈ ਥਾਂ ਤੇ ਦੱਸ ਗਿਆ ਦੈਦਿਸ ਕੋ ਉੱਠਤਾ ਆ ਫਿਰ ਉਹ ਚਾਰ ਨੁਕਰਾਂ ਵੀ ਗਿਲੋ 10 ਹੋ ਗਈਆਂ ਤੇ ਕਬੀਰ ਸਾਹਿਬ ਜੀ ਬਖਸ਼ਿਸ਼ ਕਰੇ ਛਟ ਖਾਟ ਚੱਕਰ ਛੋਂ ਦਿਸਤਾਏ ਇਹ ਪੰਜ ਜਿਹੜੇ ਗਿਆਨ ਇੰਦਰੇ ਆ ਨਾ ਤੇ ਛੇਵਾਂ ਮਨ ਜਿਹੜਾ ਹੈ ਇਹ ਪਦਾਰਥਾਂ ਚ ਇੰਨਾ ਗੁਲਤਾਨ ਹੋਇਆ ਪਿਆ ਇੰਨੀ ਲਾਲਚ ਦੇ ਵਿੱਚ ਫਸਿਆ ਹੋਇਆ ਹੈ ਕਿ ਇਹ ਪਟਕਦਾ ਹੀ ਫਿਰਦਾ ਹੈ ਕਦੀ ਆ ਜੂਨ ਕਦੀ ਉਹ ਜੂਨ ਕਦੀ ਉਹ ਜੂਨ ਕਦੀ ਉਹ ਜੂਨ ਪਟਕਦਾ ਫਿਰਦਾ ਹੈ ਕਿਉਂ ਕਿਉਂਕਿ ਅੰਦਰ ਟਿਕਾਉ ਨਹੀਂ ਇਹ ਗੁਰ ਸ਼ਬਦ ਦੇ ਨਾਲ ਜੁੜਿਆ ਨਹੀਂ ਕਬੀਰ ਸਾਹਿਬ ਕਹਿੰਦੇ ਬਿਨ ਪਰਚੇ ਨਹੀਂ ਥਿਰਾ ਰਹਾਏ ਜਦੋਂ ਤੱਕ ਉਸ ਦੀ ਯਾਦ ਵਿੱਚ ਉਹਦੇ ਗੁਰ ਸ਼ਬਦ ਨਾਲ ਜੁੜਦਾ ਨਹੀਂ ਕਿਵੇਂ ਗੱਲ ਬਣੀ ਦੀ ਕਿਵੇਂ ਗੱਲ ਬਣੀ ਗੱਲ ਤੇ ਜਿਹੜੀ ਹੈ ਜੁੜੀਆਂ ਹੋਆਂ ਦੀ ਹੈ ਇਹ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਚ ਜਿੰਨੀ ਵੀ ਪਵਿੱਤਰ ਬਾਣੀ ਹੈ ਇਹ ਜੁੜਿਆ ਹੋਇਆਂ ਦੀ ਬਾਣੀ ਹੈ ਕਿਸੇ ਟੁੱਟੇ ਦੀ ਨਹੀਂ ਕਿਸੇ ਕੱਚੇ ਪਿੱਲੇ ਦੀ ਨਹੀਂ ਜੁੜੇ ਹੋਏ ਦੀ ਕਹਿੰਦੇ ਗੁਰੂ ਅਰਜਨ ਦੇ ਪਾਸ਼ਾ ਪਹਿਲਾਂ ਬਾਹਰ ਸ਼ਰਨਾਨ ਕੀਤਾ ਨਾਲਕੇ ਤੋਂ ਫਿਰ ਸਰੋਵਰ ਦਾ ਸ਼ਨਾਣ ਕੀਤਾ ਤੇ ਸਿਮਨ ਕਰਦੇ ਸਿੱਖਾਂ ਦੇ ਨਾਲ ਪ੍ਰਕਰਮਾ ਚ ਜਾ ਰਹੇ ਸਨ ਇੱਕ ਪੰਡਤ ਮੂਰਤੀ ਰੱਖ ਕੇ ਸਾਲਗ੍ਰਾਮ ਦੀ ਪੂਜਾ ਕਰ ਰਿਹਾ ਸੀ ਤੇ ਮੇਰੇ ਪਾਸ਼ਾ ਪੰਜਵੇਂ ਪਿਤਾ ਤਾਨ ਗੁਰ ਨਾਨਕ ਦੇ ਪਾਸ਼ਾ ਗੁਰੂ ਅਰਜਨ ਦੇ ਪਾਸ਼ਾ ਪੰਜਵੇਂ ਗੁਰੂ ਨਾਨਕ ਜਿਸੋ ਲਾਗਿਓ ਦੀ ਨੰਗ ਰੇਸੀ ਤੇ ਪੰਡਤ ਕਹਿੰਦਾ ਕਮਾਲ ਦੀ ਗੱਲ ਆ ਇੰਨੇ ਨਾਸਤਕ ਇੰਨੇ ਤੁਸੀਂ ਹੰਕਾਰੀ ਕਿ ਮੈਂ ਸਾਲਗਰਾਮ ਦੀ ਮੂਰਤੀ ਦੀ ਪੂਜਾ ਕਰ ਰਿਹਾ ਹਾਂ ਤੇ ਤੁਸੀਂ ਲਾਗਿਓ ਦੀ ਨੰਗੇ ਨਮਸਕਾਰ ਵੀ ਨਹੀਂ ਕੀਤੀ ਬੋਲੋ ਵਾਹਿਗੁਰੂ ਵਾਹਿਗੁਰੂ ਗੁਰੂ ਅਰਜਨ ਦੇ ਪਾਤਸ਼ਾਹ ਕਹਿੰਦੇ ਪੰਡਤ ਜੇ ਤੇ ਤੁਸੀਂ ਪੂਜਾ ਕਰਦੇ ਹੁੰਦੇ ਤੇ ਮੈਂ ਜ਼ਰੂਰ ਨਮਸਕਾਰ ਕਰ ਦਿੰਦਾ ਪਰ ਤੁਸੀਂ ਇਹ ਪੱਥਰ ਦੀ ਮੂਰਤੀ ਲੈ ਕੇ ਬੈਠਾ ਜਿਹਨੂੰ ਭਗਵਾਨ ਕਹਿੰਦੇ ਹਨ ਇੱਕ ਬੰਦੇ ਦੀ ਬਣਾਈ ਹੋਈ ਮੂਰਤੀ ਜਿਹਨੂੰ ਤੁਸੀਂ ਭਗਵਾਨ ਕਹਿੰਨਾ ਹੈ ਚਲੋ ਮੰਨ ਲਾ ਪਰ ਤੂੰ ਬੈਠਾ ਮੂਰਤੀ ਦੇ ਅੱਗੇ ਹੈ ਮਨ ਤੇ ਰੱਖ ਕੇ ਤੇ ਘਰ ਤੁਰਿਆ ਫਿਰਦਾਈ ਸੌਦੇ ਖਰੀਦਦਾ ਫਿਰਦਾ ਹੈ ਤੇ ਦੱਸ ਫਿਰ ਤੂੰ ਸਵਾਏ ਪਖੰਡ ਦੇ ਤੂੰ ਕੀ ਕੀ ਕਰ ਰਿਹਾ ਹੈ ਕਬੀਰ ਸਾਹਿਬ ਕਹਿੰਦੇ ਦੁਬਦਾ ਮੇਟ ਖਿਮਾ ਗਹਿਰੋ ਇਹ ਦੁਬਦਾ ਜਿਹੜੇ ਤੂੰ ਪਿਆਵਿਆ ਇਹ ਪਟਕਣਾ ਚ ਤੂੰ ਪੰਡਤ ਪਿਆਵਿਆ ਜਦ ਤੱਕ ਮਨ ਸਾਫ ਦੇ ਨਾਲ ਮਨ ਨੂੰ ਟਕਾ ਕੇ ਤੇ ਮਨ ਟਿਕੂਗਾ ਉਸ ਨਰਨਕਾਰ ਦੇ ਚਰਨਾਂ 'ਚ ਹੋਰ ਕਿਤੇ ਵੀ ਨਹੀਂ ਟਿਕ ਸਕਦਾ ਬੋਲੋ ਆਏ ਗੁਰੂ ਜਦੋਂ ਵੀ ਮਨ ਟਿਕਿਆ ਹੈ ਜਦੋਂ ਸੁਰਤ ਗੁਰ ਸ਼ਬਦ ਨਾਲ ਜੁੜ ਗਈ ਉਦੋਂ ਟਿਕਿਆ ਹੈ ਅੱਜ ਉਹਨਾਂ ਦੀਆਂ ਸਾਖੀਆਂ ਕਹਾਣੀਆਂ ਅਸੀਂ ਕਰਦੇ ਹਾਂ ਬਾਕੀ ਸਭ ਪਖੰਡ ਹੈ ਏ ਪੰਡਤ ਕਹਿੰਦਾ ਫਿਰ ਮੈਂ ਸੰਸਕ੍ਰਿਤ ਦੇ ਸ਼ਲੋਕ ਪੜ੍ਹਦੇ ਤੁਸੀਂ ਉਹਦਾ ਵੀ ਸਤਕਾਰ ਨਹੀਂ ਕੀਤਾ ਕਹਿੰਦੇ ਅਸੀਂ ਕਿਸੇ ਦਾ ਨਰਾਦਰ ਨਹੀਂ ਕਰਦੇ ਕਹਿੰਦੇ ਤੁਸੀਂ ਆਪਣੀ ਬਾਣੀ ਪੜੀ ਜਾਂਦੇ ਜੀ ਜਦੋਂ ਕਿ ਸਾਰੇ ਵੇਦਾਂ ਚ ਸੰਸਕ੍ਰਿਤ ਸਤਿਗੁਰੂ ਕਹਿੰਦੇ ਸੰਸਕ੍ਰਿਤ ਪੂਜਨ ਸਾਰੇ ਵੇਦ ਪੂਜਨ ਯੋਗ ਹਨ ਪਰ ਸੰਸਕ੍ਰਿਤ ਨੂੰ ਸਮਝਣ ਵਾਸਤੇ ਵੀ ਇੱਕ maat ਬੋਲੀ ਚਾਹੀਦੀ ਆ ਸਰਲ ਭਾਸ਼ਾ ਜਿਹੜੀ ਪ੍ਰਮਾਤਮਾ ਦੇ ਨਾਲ ਮਲਾ ਲਏ ਔਰ ਜਿਹੜੀ ਮੇਰੇ ਗੁਰਨਾਨਕ ਦੀ ਬਾਣੀ ਹੈ ਇੰਨੀ ਸਰਲ ਭਾਸ਼ਾ ਹੈ ਉਹਨੂੰ ਕਿਸੇ ਸੰਸਕ੍ਰਿਤ ਦੀ ਔਖੀ ਬੋਲੀ ਦੀ ਲੋੜ ਨਹੀਂ ਅਸੀਂ ਨਰਾਦਰ ਨਹੀਂ ਕਰਦੇ ਪਰ ਬੋਲੀ ਉਹ ਹੈ ਜਿਹੜੀ ਲੋਕ ਬੋਲੀ ਹੋਵੇ ਜਿਹਨੂੰ ਸੰਗਤ ਸਮਝ ਲੇ ਤੇ ਸਿਮਰਨ ਕਰਕੇ ਪਰਮਾਤਮਾ ਦੇ ਚਰਨਾਂ ਨਾਲ ਜੁੜ ਜਾਏ ਪੰਡਤ ਜੀ ਇਹ ਦੁਬਦਾ ਛੱਡ ਇਹ ਦੁਬਦਾ ਮੇਟ ਦੇ ਦੁਬਾ ਦਾ ਮੇਟ ਖਿਮਾ ਗਹਿ ਰਹੋ ਤੀਰ ਜ ਅੰਦਰ ਆ ਪੰਡਤ ਤੀਰ ਚ ਲਿਆ ਜਦ ਤੱਕ ਤੀਰ ਜ ਨਹੀਂ ਆਉਂਦੀ ਤੇਰੇ ਅੰਦਰ ਸ਼ਾਂਤੀ ਟਿਕਾਉ ਨਹੀਂ ਆਏਗਾ ਤੇ ਤੂੰ ਕਿਸੇ ਨੂੰ ਖਿਮਾ ਨਹੀਂ ਕਰ ਸਕੇਗਾ ਤੇ ਤੇਰੇ ਆਪਣੇ ਅੰਦਰ ਹੀ ਤੀਰ ਜ ਨਹੀਂ ਹੈ ਤੂੰ ਕੀ ਕਰਦਾ ਹੈ ਕਰਮ ਧਰਮ ਕੀ ਸੂਲ ਨ ਸਹੋ ये जो करम धर्म पखंड करता है पंडित क्यों नहीं छाता क्योंकि बिन हार भजन बिन हार भगत नहीं नस्तारा एक थे भी कहा है जे तू आखे तेरा नस्तारा पार उतारा हो जाए भगती तो बिना मूर्ति पूजा कर करके पखंड कर करके नहीं सोदत सोदत तत् बेचारा ਬਿਨ ਖਾਰ ਪਗਤ ਨਹੀਂ ਛੁਟਕਾਰਾ ਨਹੀਂ ਛੁਟਕਾਰਾ ਹੋਣਾ ਭਗਤੀ ਅਸੀਂ ਕਰਕੇ ਰਾਜੀ ਨਹੀਂ ਅੰਮ੍ਰਿਤ ਵੇਲੇ ਉੱਠ ਕੇ ਅਸੀਂ ਰਾਜੀ ਨਹੀਂ ਕੋਈ ਕੰਮ ਕਾਜ ਅਸੀਂ ਕਰਕੇ ਰਾਜੀ ਨਹੀਂ ਸੇਵਾ ਅਸੀਂ ਕਰਕੇ ਰਾਜੀ ਨਹੀਂ ਹੱਤੀ ਤੇ ਫਿਰ ਕਿਵੇਂ ਛੁਟਕਾਰਾ ਹੋਵੇ ਮੇਰੇ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਇੱਕ ਜਗ੍ਹਾ ਤੇ ਸਿੱਖਾਂ ਦੇ ਨਾਲ ਸ਼ਿਕਾਰ ਖੇਡਣ ਚੱਲੇ ਇੱਕ ਖਾਂ ਤੇ ਦਰਖਸਲੇ ਘੋੜਾ ਰੋਕਿਆ ਸਤਿਗੁਰੂ ਬੈਠ ਗਏ ਸਿੱਖਾਂ ਨੇ ਕੀ ਦੇਖਿਆ ਝਾੜੀਆਂ ਦੇ ਵਿੱਚੋਂ ਇੱਕ ਬਹੁਤ ਵੱਡਾ ਅਜਗਰ ਸੱਪ ਜਿਹੜਾ ਹੈ ਨਾ ਉਹ ਪੱਜਾ ਆ ਰਿਹਾ ਗੁਰੂ ਸਾਹਿਬ ਵਾਲੇ ਪਾਸੇ ਸਿੱਖਾਂ ਦੀ ਨਜ਼ਰ ਪੈ ਗਈ ਸੀਰੀ ਸਾਹਾ ਕੱਢ ਲਈਆਂ ਸਤਿਗੁਰੂ ਜੀ ਬਹੁਤ ਵੱਡਾ ਅਜਗਰ ਸੱਪ ਆ ਰਿਹਾ ਹੈ ਅਸੀਂ ਇਹਨੂੰ ਹੁਣੇ ਮਾਰ ਦਿੰਨੇ ਹਾਂ ਮਾਰ ਦਿੰਨੇ ਹਾਂ ਕਹਿੰਦੇ ਸਿੱਖੋ ਨਹੀਂ ਮਾਰਨਾ ਕਹਿੰਦੇ ਜੀ ਕਿਉਂ ਕਹਿੰਦੇ ਇਹਨੂੰ ਆਉਣ ਦਿਓ ਮੇਰੇ ਵਾਲੇ ਪਾਸੇ ਆਉਣ ਦਿਓ ਆ ਗਿਆ ਐਡਾ ਮੋਟਾ ਐਡਾ ਲੰਮਾ ਅਜਗਰ ਸੱਪ ਮੇਰੇ ਮੀਰੀ ਪੀਰੀ ਦੇ ਮਾਲਕ ਛੇਵੇਂ ਪਿਤਾ ਗੁਰੂ ਨਾਨਕ ਦੇ ਚਰਨਾ ਚ ਆ ਗਿਆ ਸਿੱਖ ਦੇਖ ਰਹੇ ਸਾਰੇ ਉਸ ਅਜਗਰ ਨੇ ਆਪਣਾ ਮੂੰਹ ਸਤਿਗੁਰੂ ਜੀ ਦੇ ਚਰਨਾ ਦੇ ਉੱਤੇ ਛੋ ਆਇਆ ਲਾਇਆ ਤੇ 1 2 ਮਿੰਟ ਚਰਨਾ ਦੇ ਉੱਤੇ ਬੈਠਾ ਰਿਹਾ ਮੂੰਹ ਰੱਖ ਕੇ ਸਤਿਗੁਰੂ ਕਹਿੰਦੇ ਫੇਰ ਇਹ ਪਖੰਡ ਕਰੇਗਾ ਜਿਹੜੇ ਤੂੰ ਸਾਰੀ ਜ਼ਿੰਦਗੀ ਕਰਦਾ ਰਿਹਾ ਹੈ ਫੇਰ ਕਰੇਗਾ ਉਹ ਓਡੋਲ ਕਹਿੰਦੇ ਜਾ ਤੂੰ ਗੁਰੂ ਨਾਨਕ ਦੇ ਘਰ ਸ਼ਰਨ ਵਿੱਚ ਆ ਗਏ ਤੈਨੂੰ ਅੱਜ ਕੀ ਬਖਸ਼ਿਆ ਪਰ ਅੱਗੇ ਤੂੰ ਇਹ ਪਖੰਡ ਨਾ ਕਰੀਂ ਨਹੀਂ ਤੇ ਬਹੁਤ ਭੈੜਾ ਹਾਲ ਹੋਏਗਾ ਕਹਿੰਦੇ ਉਹ ਸਤਿਗੁਰ ਦਾ ਜੋੜਾ ਵੀ ਸੱਪ ਦੇ ਅਥਰੂਆਂ ਦੇ ਨਾਲ ਪੇਜ ਗਿਆ ਪਛਤਾਪ ਦੇ ਅਥਰੂ ਜਿਉਂ ਹੀ ਸਤਿਗੁਰ ਨੇ ਚਰਨ ਪਿੱਛੇ ਕੀਤੇ ਉਹ ਸੱਪ ਜਿਹੜਾ ਸੀ ਫਟ ਗਿਆ ਫਟ ਗਿਆ ਹਜ਼ਾਰਾਂ ਕੀੜੀਆਂ ਉਹਦੇ ਚੋਂ ਨਿਕਲ ਆਏ ਕੀੜੇ ਕੀੜੀਆਂ ਕਹਿੰਦੇ ਸਤਿਗੁਰ ਜੀ ਇਹ ਕੀ ਕੌਤਕ ਆ ਕਿ ਸੱਪ ਦੇ ਅੰਦਰ ਉਹ ਕੀੜੇ ਇੰਨੇ ਕਹਿੰਦੇ ਸਿੱਖੋ ਇਹ ਮਹੰਤ ਸੀ ਪਿਛਲੇ ਜਨਮ ਦੇ ਵਿੱਚ ਲੋਕਾਂ ਨੂੰ ਰੱਬ ਦੇ ਨਾਂ ਦੀਆਂ ਠੱਗੀਆਂ ਮਾਰ-ਮਾਰ ਕੇ ਠੱਗਦਾ ਹੁੰਦਾ ਸੀ ਬੋਲੋ ਵਾਹਿਗੁਰੂ ਲੋਕਾਂ ਨੂੰ ਕਹਿੰਦੇ ਸੀ ਆਓ ਤੁਹਾਨੂੰ ਪਾਠ ਪੂਜਾ ਦੀ ਲੋੜ ਨਹੀਂ ਮੈਨੂੰ ਧਨ ਦੇਈ ਚਲੋ ਤੇ ਮੈਂ ਤੁਹਾਨੂੰ ਅਪੀ ਸਵਰਗ ਦਾ ਦਰਵਾਜ਼ਾ ਖਲਾ ਦੇਵਾਂਗਾ ਜਿਹੜਾ ਜਿਹੜਾ ਮੇਰੇ ਨਾਲ ਜੁੜੇਗਾ ਪਤਾ ਨਹੀਂ ਕੀ ਕਰਨਾਂ ਚ ਫੂਕਾ ਮਾਰਦਾ ਸੀ ਮੰਤਰ ਦਿੰਦਾ ਸੀ ਅੱਜ ਵੀ ਹਜ਼ਾਰਾਂ ਐਸੇ ਸਥਾਨ ਬਣੇ ਪਏ ਬੋਲੇ-ਪਾਲੇ ਲੋਕਾਂ ਨੂੰ ਲੁੱਟਣ ਵਾਰੇ ਲੁਟਾਈ ਖਾਈ ਜਾਂਦੇ ਜੇ ਕਿ ਸੱਚ ਦੱਸੋ ਸੁਣ ਕੇ ਰਾਜੀ ਜੀ ਕਹਿੰਦੇ ਇਹਦੇ ਉਹ ਚੇਲੇ ਹਨ ਹਜ਼ਾਰਾਂ ਜਿਨ੍ਹਾਂ ਨੂੰ ਝੂਠੇ ਵਾਅਦੇ ਕੀਤੇ ਸੀ ਕਿ ਤੁਹਾਡਾ ਜੰਮਨ ਮਰਨ ਕੱਟੂਗਾ ਤੁਸੀਂ ਮੇਰੇ ਨਾਲ ਜੁੜੋ ਸੇਵਾ ਕਰੋ ਮੈਨੂੰ ਪੈਸੇ ਦਿਓ ਤੇ ਕਹਿੰਦੇ ਆਪ ਵੀ ਮਰ ਗਿਆ ਤੇ ਨਰਕਾਂ ਦਾ ਭਾਗੀ ਬਣ ਗਿਆ ਸਰਪ ਜੂਨ ਚ ਪੈ ਗਿਆ ਤੇ ਚੇਲੇ ਵੀ ਮਰ ਗਏ ਇਹਨੂੰ ਲਬਦੇ ਲਬਦੇ ਆ ਗਏ ਕਿ ਸੱਪ ਦੀ ਜੂਨ ਚ ਪਿਆ ਹੈ ਤੇ ਉਹ ਕੀੜੇ ਵਿਚਾਰੇ ਬਣ ਗਏ ਹੁਣ ਕੀੜੀਆਂ ਬਣ ਕੇ ਇਹਦਾ ਮਾਸ ਖਾ ਰਹੀਆਂ ਜਿੰਨੇ ਜਿੰਨੇ ਕਿਸੇ ਨੇ ਪੈਸੇ ਦਿੱਤੇ ਬੋਲੋ ਵਾਏ ਗਰੂ ਇਹ ਉਹਨਾਂ ਦਾ ਮਾਸ ਇਹਦਾ ਖਾ ਰਹੀਆਂ ਸਿੱਖੋ ਜੋ ਵੀ ਜਾਗੇ ਲੋੜੇ ਦਾਖ ਬਜੌਰੀਆਂ ਕਿੱਕਰ ਬੀਜੇ ਜਾਟਾ ਹੰਡੇ ਉਨਕ ਤਾਇ ਦਾ ਪੈਂਦਾ ਲੋੜੇ ਜੋ ਬੀਜਾਂਗੇ ਬਜੌਰ ਦੀਆਂ ਨਾਖਾਂ ਅੰਗੂਰ ਬੀਜਾਂਗੇ ਉਹ ਮਿਲਣਗੇ ਤੇ ਜੇ ਕੰਡੇ ਬੀਜਾਂਗੇ ਤੇ ਕੰਡੇ ਮਿਲਣਗੇ ਬੋਲੋ ਆਏ ਗੁਰੂ ਇਸ ਪਖੰਡੀ ਮਹੰਤ ਨੇ ਕੰਡੇ ਬੀਜੇ ਤੇ ਮਾਸ ਅਜ ਨੋਚ ਰਹੇ ਹਨ ਉਹਦੇ ਚੇਲੇ ਤਾਂ ਹੀ ਮੇਰੇ ਗੁਰੂ ਨਾਨਕ ਸਾਹਿਬ ਨੇ ਕੋਈ ਚੇਲਾ ਨਹੀਂ ਬਣਾਇਆ ਜਸਾ ਪਾਛੈ ਨੇ ਕੋਈ ਨਹੀਂ ਬਣਾਇਆ ਸਿਰਫ ਗੁਰ ਸ਼ਬਦ ਦੇ ਨਾਲ ਜੋੜਿਆ ਗੁਰ ਸ਼ਬਦ ਦੇ ਨਾਲ ਸ਼ਬਦ ਗੁਰੂ ਸੁਰਤ ਤੋਂ ਚੇਲਾ ਉਹ ਦੁਨੀਆਂ ਦੇ ਲੋਕੋ ਜੇ ਕਿਸੇ ਨੂੰ ਗੁਰੂ ਬਣਾਉਣਾ ਗੁਰ ਸ਼ਬਦ ਨਾਲ ਬਣੋ ਤੇ ਆਪਣੀ ਸੁਰਤ ਨੂੰ ਉਹਦਾ ਚੇਲਾ ਬਣਾਓ ਬੋਲੋ ਆਏ ਆਪਣੀ ਸੁਰਤ ਨੂੰ ਸਾਤੇ ਸਤ ਕਰ ਬਾਚਾ ਜਾਨ ਕਿਉਂਕਿ ਜਦ ਤੱਕ ਗੁਰੂ ਦੇ ਬਚਨਾਂ ਨੂੰ ਗੁਰੂ ਦੀ ਬਾਣੀ ਨੂੰ ਨਹੀਂ ਮੰਨਦਾ ਨਹੀਂ ਵਿਚਾਰਦਾ ਤੇਰਾ ਪਾਰ ਉਤਾਰਾ ਨਹੀਂ ਹੋਣਾ ਹੈ ਤੇਰਾ ਪਾਰ ਉਤਾਰਾ ਜਿੱਥੇ ਮਰਜੀ ਭਜਲਾ ਕਿਉਂਕਿ ਵੱਡੇ ਵੱਡੇ ਜੋ ਦੀਸੇ ਲੋਕ ਤਿੰਨ ਕੋ ਵਿਆਪੇ ਚਿੰਤਾ ਰੋ ਵੱਡੇ ਵੱਡੇ ਜਿਹੜੇ ਸਾਨੂੰ ਲੱਗਦੇ ਬੜੇ ਸੁਖੀ ਹਨ ਪੁੱਛੋ ਕਿੰਨੀਆਂ-ਕਿੰਨੀਆਂ ਗੋਲੀਆਂ ਖਾਂਦੇ ਆਂ ਉਹਨਾਂ ਨੂੰ ਪੁੱਛੋ ਕੌਣ ਵੱਡਾ ਮਾਇਆ ਵਡਿਆਈ ਨਹੀਂ ਸੋ ਵੱਡਾ ਜਿਨ ਰਾਮ ਲਿਵਲਾਈ ਮਾਇਆ ਵਾਲਾ ਵੱਡਾ ਨਹੀਂ ਤਰਾਟ ਨਹੀਂ ਇੱਕ ਭਾਵੇਂ ਝੌਂਪੜੀ 'ਚ ਰਹਿੰਦਾ ਹੈ ਪਾਟੇ ਕੱਪੜੇ ਹਨ ਕਿੰਤਾ ਉਹ ਵੱਡਾ ਹੈ ਕਿਉਂਕਿ ਉਹ ਰਾਮ ਦੇ ਨਾਲ ਜੁੜਿਆ ਹੈ ਦ੍ਰਿਯੋਦਨ ਵੱਡਾ ਨਹੀਂ ਸੀ ਬਿਦਰ ਵੱਡਾ ਸੀ ਕਿਉਂਕਿ ਉਹ ਕ੍ਰਿਸ਼ਨ ਭਗਵਾਨ ਦੇ ਚਰਨਾਂ ਨਾਲ ਜੁੜਿਆ ਸੀ ਸੋ ਵੱਡਾ ਜਿਨ ਰਾਮ ਲਿਵ ਲਾਈ ਜਿਨੇ ਲਿਵ ਜੋੜ ਲਈ ਤਨੇ ਹੀ ਸਾਚੀ ਲਵੇ ਬਿਣ ਦੇ ਨਮਾਣੀ ਦੇਨ ਮਾਨੀ ਲਿਵੇ ਬਾਜੋ ਕਿਆ ਕਰੇ ਵਿਚਾਰੀਆ ਕੀ ਕਰਾਂਗੇ ਉਹ ਵਿਚਾਰਾ ਕੀ ਕਰੂਗਾ ਜੇ ਸੱਚੀ ਲਿਵ ਨਹੀਂ ਜੁੜੀ ਇਹ ਨਮਾਨੀ ਹੈ ਸਾਚੀ ਲਿਵੇ ਬਿਨ ਦੇਨ ਮਾਨੀ ਇਹ ਨਮਾਨੀ ਗਰੀਬ ਨਹੀਂ ਹੈ ਦੇਨ ਮਾਨੀ ਲਿਵੇ ਬਾਜੋ ਕਿਆ ਕਰੇ ਵਿਚਾਰੀਆ ਤੁਦ ਬਾਜ ਸਮਰਥ ਕੋਈ ਨਹੀਂ ਕਿਰਪਾ ਕਰ ਬਨਵਾਰੀਆ ਤਰਲਾ ਹੈ ਹੇ ਬਨਵਾਰੀਆ ਹੇ ਅਕਾਲ ਪੁਰਖ ਕਰ ਕਿਰਪਾ ਪਰੇ 7ਵੀਂ ਥਿਤ ਕਹਿੰਦੀ ਹੈ ਗੁਰੂ ਦੇ ਬਚਨਾਂ ਦੇ ਨਾਲ ਗੁਰੂ ਦੀ ਬਾਣੀ ਨੂੰ ਸਤ ਕਰਕੇ ਮੰਨ ਲੈ ਉਸ ਬਾਣੀ ਦੇ ਨਾਲ ਜੋੜ ਲੈ ਕਿਉਂਕਿ ਪੋਥੀ ਪਰਮੇਸ਼ਰ ਦਾ ਥਾਨ ਮੰਨ ਲੈ ਜਦ ਤੱਕ ਤੂੰ ਮੰਨਦਾ ਨਹੀਂ ਗੱਲ ਨਹੀਂ ਬਣਦੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨੇ ਪ੍ਰਤਖ ਗੁਰੂ ਇਹ ਬਾਣੀ ਪ੍ਰਤਖ ਹੈ ਇਹ ਬਾਣੀ ਮਹapur ਕੀ ਨਿਜ ਘਰ ਵਾਸਾ ਹੋਏ ਤੈਨੂੰ ਉਸ ਮਾਲਕ ਦੇ ਦੇਸ਼ ਲੈ ਜਾਏ ਕੀ ਬੋਲੋ ਆਏ ਗੁਰੂ ਕਿਉਂਕਿ ਬਾਣੀ ਉchre ਸਾਧ ਜਨ ਅਮਿਓ ਚੱਲੇ ਚਰਨੇ ਅਮਰ ਦੇ ਸਰੋਵਰ ਦੇ ਚਰਨੇ ਚਲਦੇ ਹਨ ਆਤਮ ਰਾਮ ਲਿਹੁ ਪਰਵਾਨ ਕਿਉਂਕਿ ਇਸੇ ਬਾਣੀ ਦੇ ਰਾਹੀ ਹੀ ਕਿਉਂਕਿ ਬਾਣੀ ਹੀ ਦਰ ਹੈ ਬਾਣੀ ਹੀ ਕਰ ਹੈ ਸੋ ਦਰ ਤੇਰਾ ਕਿਹਾ ਸੋ ਕਰਕੇ ਹਾ ਜਿਤ ਮੈਂ ਸਰਬ ਸੰਭਾਲੇ ਬੋਲੋ ਵਾਹਿਗੁਰੂ ਇਹ ਬਾਣੀ ਹੀ ਦਰ ਹੈ ਪ੍ਰਮਾਤਮਾ ਦੇ ਘਰ ਜਾਣ ਵਾਲਾ ਇਹ ਬਾਣੀ ਹੀ ਘਰ ਹੈ ਜਿੱਥੇ ਪ੍ਰਮਾਤਮਾ ਜੀ ਦਾ ਵਾਸਾ ਹੈ ਬਾਣੀ ਗੁਰੂ ਤਾਂ ਹੀ ਕਹਿਣਾ ਚੀ ਜਦੋਂ ਗੁਰੂ ਬਾਣੀ ਬਣਿਆ ਜਦੋਂ ਸਤਿਗੁਰ ਦੇ ਮੁਖਾਰ ਬਿੰਦ ਤੋਂ ਧੁਰ ਕੀ ਬਾਣੀ ਆਈ ਪਰ ਗੁਰਬਾਣੀ ਕਹੇ ਸਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿ ਰਹੇ ਨਾ ਕਿਤੇ ਮਨ ਤੇ ਲਈਏ ਗੱਲਾਂ ਨੂੰ ਸੇਵਕ ਜਨਮਾਨੇ ਇੱਕ ਵਾਰੀ ਮੰਨ ਕੇ ਤੇ ਦੇਖ ਲਈਏ ਪਰਤਖ ਗੁਰੂ ਨਿਸ਼ਤਾਰੇ ਪਰਤਖ ਗੁਰੂ ਮਿਲੇਗਾ जिसे दर्शन करने बाणी दे दर्शन दर्शन देख जीवा गुरु तेरा पूर्ण कर्म हो आत्म राम ले परवान बस हृदय च लो छूटे संसा मिट जाए दुख ये संसे खत्म हो जान सारे ये परम खत्म सारे ਜਦੋਂ ਜੁੜ ਗਏ ਬਸ ਖੇੜ ਵਰਤ ਗਈ ਕਿਉਂਕਿ ਜਦੋਂ ਜੁੜ ਗਏ ਖੇੜ ਵਰਤ ਗਈ ਪਰ ਸਾਨੂੰ ਜੁੜਨਾ ਨਹੀਂ ਆਇਆ ਕਿਸੇ ਨੇ ਪੁੱਛਿਆ ਮਾਤਮਾ ਨੂੰ ਮਾਤਮਾ ਕਿਵੇਂ ਪਰਮਾਤਮਾ ਦੇ ਨਾਲ ਜੁੜਿਆ ਜਾਵੇ ਮਰਮਾਤਮਾ ਕਹਿੰਦੇ 10 ਮਿੰਟ ਬੈਠ ਮੈਂ ਤੈਨੂੰ ਦੱਸਦਾ ਹਾਂ ਅੰਦਰ ਗਏ ਇੱਕ ਦੁਨੀਆ ਦਾ ਨਕਸ਼ਾ ਲੈ ਆਏ ਵਰਡ ਦਾ ਨਕਸ਼ਾ ਸਾਧ ਉਹ મહਾਤਮਾ ਨੇ ਨਕਸ਼ੇ ਨੂੰ ਟੋਟੇ ਟੋਟੇ ਛੋਟੇ ਛੋਟੇ ਟੁਕੜੇ ਕਰਕੇ ਖਿਲਾਰ ਦਿੱਤਾ ਕਹਿੰਦੇ ਸਿਖਾ ਤੂੰ ਇਉਂ ਕਰ ਨਕਸ਼ਾ ਲੈ ਅੰਦਰ ਟੋਟੇ ਟੋਟੇ ਕੀਤਾ ਸਿਕਾ ਤੂੰ ਇਹੋ ਕਰ ਇਹ ਮੈਨੂੰ ਦੁਨੀਆ ਦਾ ਨਕਸ਼ਾ ਜੋੜ ਕੇ ਦੇ ਦੇ ਮੈਂ ਤੈਨੂੰ ਰੱਬ ਨਾਲ ਜੋੜਨ ਦੀ ਯੁਕਤੀ ਦੱਸ ਦਿੰਦਾ ਹੁਣ ਵਿਚਾਰਾ ਮੇਰੇ ਵਰਗਾ ਅੰਜਾਨ ਹੁਣ ਨਕਸ਼ੇ ਨੂੰ ਜੋੜੀ ਜਾ ਰਿਹਾ ਨਹੀਂ ਜੁੜ ਰਿਹਾ ਟੋਟੇ ਛੋਟੇ ਛੋਟੇ ਹੋ ਗਏ ਮਹਾਤਮਾ ਇਹ ਨਹੀਂ ਜੁੜ ਰਿਹਾ ਮਹਾਤਮਾ ਕਹਿੰਦਾ ਆ ਤੈਨੂੰ ਜੁਗਤੀ ਦੱਸਾਂ ਨਕਸ਼ਾ ਜੋੜਨ ਦੀ ਮਹਾਤਮਾ ਨੇ ਉਹ ਜਿਹੜਾ ਨਕਸ਼ਾ ਖਿਲਰਿਆ ਸੀ ਉਹਦਾ ਪੁੱਠੇ-ਪੁੱਠੇ ਪਾਸੇ ਕਰ ਲੇ ਪਿਛਲੇ ਪਾਸੇ ਇੱਕ ਬੰਦੇ ਦੀ ਤਸਵੀਰ ਸੀ ਤੇ ਮਹਾਤਮਾ ਨੇ ਉਹ ਬੰਦੇ ਦੇ ਟੁਕੜੇ ਲੈ ਲੈ ਕੇ ਜਿੱਥੇ ਸਿਰ ਲੱਗਦਾ ਸਿਰ ਲਾਤੀ ਬਾਹ ਲਾਤੀ ਅੱਖ ਲਾਤੀ ਲੱਤ ਲਾਤੀ ਉਹ ਬੰਦਾ ਜੋੜ ਦਿੱਤਾ ਮਹਾਤਮਾ ਨੇ ਕਿਦੇ ਮਹਾਤਮਾ ਇਹਦੇ ਬੰਦਾ ਜੁੜ ਗਿਆ ਮਹਾਤਮਾ ਨੇ ਪੁੱਠਾ ਕਰਕੇ ਹੱਥ ਦਿਖਾਇਆ ਕਹਿੰਦੇ ਨਕਸ਼ਾ ਵੀ ਜੁੜ ਗਿਆ ਕਹਿੰਦੇ ਹਾਂ ਮਹਾਤਮਾ ਕਮਾਲ ਦੀ ਗੱਲ ਮਹਾਤਮਾ ਕਹਿੰਦੇ ਛੱਡ ਦੇ ਦੁਨੀਆ ਨੂੰ ਜੋੜਨਾ ਕੁਛ ਨਹੀਂ ਪਿਆ ਨਕਸ਼ਿਆਂ ਨੂੰ ਜੋੜਨ ਦਾ ਉਹ ਬੰਦੇ ਨੂੰ ਟੁੱਟੇ ਨੂੰ ਇਹ ਮਨ ਨੂੰ ਜੋੜ ਲੈ ਪ੍ਰਮਾਤਮਾ ਦੇ ਨਾਲ ਸੰਸਾਰ ਆਪ ਹੀ ਜੁੜ ਜਾਏਗਾ ਆਪਣਾ ਇਹ ਟੁੱਟਿਆ ਹੋਇਆ ਬੰਦਾ ਆਪਣੇ ਆਪ ਨੂੰ ਜੋੜ ਲੈ ਕਹਿ ਦੇਵੇ ਤਦ ਸਭ ਕੁਝ ਮੈਨੂੰ ਸੌਪਿਆ ਜਾਂ ਤੇਰਾ ਬੰਦਾ ਜੁੜ ਜਾਵੇ ਕਹਿ ਦਿੱਤੇ ਵੇ ਪਰ ਨਹੀਂ ਕਹਿੰਦੇ ਕਿਉਂਕਿ ਇਨੇ ਅਸੀਂ ਟੁੱਟੇ ਹੋਏ ਹਾਂ ਅਸੀਂ ਆਪਣੇ ਆਪ ਨੂੰ ਜੋੜ ਕੇ ਰਾਜੀ ਨਹੀਂ ਹੋਰ ਉਹਨਾਂ ਨੂੰ ਜੋੜ ਕੇ ਰਾਜੀ ਹਾਂ ਦੂਜਿਆਂ ਨੂੰ ਵੱਡੀਆਂ-ਵੱਡੀਆਂ ਸਖਿਆਵਾਂ ਦਿੰਦੇ ਹਾਂ ਵੱਡੀਆਂ-ਵੱਡੀਆਂ ਕਥਾਵਾਂ ਆਪ ਉੱਥੇ ਹੀ ਤੁਰੇ ਫਿਰਦੇ ਆ ਛੂਟੇ ਸੰਸਾਰਾ मिट जाए दुख ए संसे खत्म हो जाए दुख खत्म हो जाए ये चिंतावान खत्म हो जान। असी कह सकीिए घर सुख वसया बाहर सुख पाया भी सुख हो जाए साढ़े बाहर भी सुख हो जाए ਉਕਾਦੋ ਹੋਵੇਗਾ ਸੋਨ ਸਰੋਵਰ ਪਾਓ ਸੁਖ ਜੇ ਉਸ ਸੋਨ ਰੂਪੀ ਸਰੋਵਰ ਦੇ ਵਿੱਚ ਅੰਦਰ ਸੁੰਨਮ ਬਾਹਰ ਸੁੰਨ ਤਰੇ ਪਾਵਰ ਸੁੰਨਮਸ ਬਾਹਰ ਵੀ ਸੁੰਨ ਹੈ ਕਾਹਿਰੇ ਬਨ ਖੋਜਨ ਜਾਈ ਜੇ ਅੰਦਰ ਟਿਕਾਓ ਨਹੀਂ ਅੰਦਰ ਵੀ ਸੁੰਨ ਹੈ ਤਰੇ ਪਵਨ ਸੁੰਨਮ ਸੁੰਨ ਤਿੰਨਾ ਪਵਨਾ ਚੀ ਤੇ ਜੇ ਕਿਹਦੇ ਚੌਥੀ ਸੁਨ ਨੂੰ ਜਾਣ ਲੋ ਚੌਥੀ ਸੁਨ ਨੂੰ ਜੋ ਨਰ ਜਾਣੇ ਕਿਸੇ ਪਾਪ ਨਾ ਪੁੰਨ ਉਹਨੂੰ ਨਾ ਪਾਪ ਨਾ ਪੁੰਨ ਚੌਥੀ ਸੁਨ ਕੀ ਹੈ ਉਸ ਸੁਨ ਸਰੋਵਰ ਦੇ ਵਿੱਚ ਸਰੋਵਰ ਚ ਇਸ਼ਨਾਨ ਕਰਨਾ ਉਹ ਕਿਹੜਾ ਹੈ ਅਮਰਤ ਸਰੋਵਰ ਅਸੀਂ ਤੇ ਹੋਰ ਨਾਲ ਸਰੋਵਰਾਂ ਚ ਤੁਰੇ ਫਿਰਦੇ ਆਂ ਨਾਮਨ ਕੋ ਤੀਰਥ ਬੋ ਕਰੇ ਬਰੇਤ ਤੀਉ ਸੂਰੇ ਫਿਰਦੇ ਤੀਰਥਾ ਤੇ ਨਾਮਨ ਕੋ ਤੀਰਥ ਕਨੇ ਮਨ ਬੋਰਾ ਰੇ ਪੂਜਨ ਕੋ ਬੋਦੇ ਇਨੇ ਦੇਵੀ ਦੇਵਤੇ ਗਿਣਤੀ ਚ ਨਹੀਂ ਹੁੰਦੇ ਉਹਨੇ ਇਨਸਾਨ ਬੰਦੇ ਧਰਤੀ ਤੇ ਨਹੀਂ ਜਿੰਨੇ ਦੇਵੀ ਦੇਵਤੇ ਹਨ ਕਹੋ ਕਬੀਰ ਛੁੱਟ ਨਹੀਂ ਮਨ ਕੋ ਮਨ ਬਹਉ ਰਾਰੇ ਕਹੋ ਕਬੀਰ ਛੁੱਟ ਨਹੀਂ ਮਨ ਬਹਉ ਰਾਰੇ ਨਹੀਂ ਛੋੜ ਸਕਦਾ ਤੋ ਛੁੱਟਨ ਹਰ ਕੀ ਸੇ ਜੇ ਛੁੱਟੇਗਾ ਉਸ ਪਰਮਾਤਮਾ ਦੀ ਸੇਵਾ ਦੇ ਨਾਲ ਛੁੱਟੇਗਾ ਉਸ ਸੁਨ ਸਰੋਵਰ ਪਰਮਾਤਮਾ ਦੇ ਅੰਮ੍ਰਲ ਸਰੋਵਰ ਵਿੱਚ ਜਦੋਂ ਅਸੀਂ ਇਸ਼ਨਾਨ ਕਰਾਂਗੇ ਸਾਨੂੰ ਸੋਖੀ ਸੁਖ ਪਾਉ ਸੁਖ ਸੋਖੀ ਸੋਖਾਂ ਸਾਡੇ ਦੁੱਖ ਚਲੇ ਜਾਣਗੇ ਖਤਮ ਹੋ ਜਾਣਗੇ ਪਰਮਾਤਮਾ ਸਾਨੂੰ ਦੁੱਖ ਪਰ ਹਰ ਸੁੱਖ ਘਰ ਲੈ ਜਾਏ ਗੁਰੂ ਸੁਖਾਂ ਦੇ ਘਰ ਵਿੱਚ ਲੈ ਜਾਏਗਾ ਸੋ ਸਤਗੁਰ ਜੀ ਕਿਰਪਾ ਕਰਨ ਕਬੀਰ ਸਾਹਿਬ ਦੇ ਦੱਸੇ ਮਾਰਗ ਤੇ ਇਹ ਜਿਹੜੀਆਂ ਥਿੱਤਾਂ ਦੀ ਚਾਰ ਦੀ ਵਿਚਾਰ ਹੋਈ ਹੈ ਸਤਗੁਰ ਕਿਰਪਾ ਕਰਨ ਸਾਨੂੰ ਵੀ ਇਹਨਾਂ ਥਿੱਤਾਂ ਦੀ ਜਿਹੜੀ ਵਿਚਾਰ ਹੋਈ ਹੈ ਸਤਗੁਰ ਸਾਨੂੰ ਵੀ ਕਰਮ ਕਾਂਡਾਂ ਤੋਂ ਬਚਾ ਕੇ ਪਰਮਾਤਮਾ ਜੀ ਆਪਣੇ ਗੁਰਸ਼ਬਦ ਨਾਲ ਜੋੜ ਲੈਣ ਸਾਡੀ ਸੁਰਤ ਸ਼ਬਦ ਦੇ ਨਾਲ ਟਿਕਾ ਦੇਣ ਤੇ ਪਰਲੋਕ ਸੁਹੇਲੇ ਲੋਕ ਸੁਖੀ ਪਰਲੋਕ ਸੁਹੇਲੇ ਨਾਨਕ ਹਰ ਪ੍ਰਭਾ ਪੇ ਮਿਲੇ ਹੋਈਆਂ ਪੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ